ਦੂਜੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ। ਗੁਰੂ ਸਾਹਿਬ ਦਾ ਅਸਲ ਨਾਮ ਭਾਈ ਲੈਣਾ ਸੀ। ਇੱਕ ਦਿਨ ਗੁਰੂ ਨਾਨਕ ਦੇਵ ਜੀ ਦੇ ਸਿੱਖ ਭਾਈ ਜੋਧਾ ਜੀ ਕੋਲੋਂ ਅੰਮ੍ਰਿਤ ਵੇਲੇ ਗੁਰੂ ਜੀ ਦੀ ਬਾਣੀ ਸੁਣੀ ਤਾਂ ਉਹਨਾਂ ਦੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਤੀਬਰ ਇੱਛਾ ਹੋ ਗਈ। ਆਪ ਜੀ ਜਵਾਲਾਮੁਖੀ ਦੇਵੀ ਦੇ ਉਪਾਸ਼ਕ ਸਨ। ਕੁਝ ਸਮੇਂ ਬਾਅਦ ਜਦੋਂ ਉਹ ਆਪਣੇ ਸੰਗੀਆਂ ਨਾਲ ਦੇਵੀ ਦੇ ਦਰਸ਼ਨਾਂ ਲਈ ਯਾਤਰਾ 'ਤੇ ਗਏ ਤਾਂ ਕਰਤਾਰਪੁਰ ਤੋਂ 8 ਮੀਲ ਦੀ ਦੂਰੀ ਉੱਤੇ ਪੜਾਅ ਕੀਤਾ। ਸਾਥੀਆਂ ਨੂੰ ਰਾਤ ਵਿਸ਼ਰਾਮ ਕਰਨ ਲਈ ਛੱਡ ਕੇ ਆਪ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਗਏ ਅਤੇ ਇੰਨੇ ਨਿਹਾਲ ਹੋਏ ਕਿ ਹਮੇਸ਼ਾ ਵਾਸਤੇ ਉਹਨਾਂ ਦੇ ਹੀ ਹੋ ਗਏ। ਅਸਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਕੌਤਕ ਰਚ ਕੇ ਗੁਰਸਿੱਖ ਦਾ ਨਮੂਨਾ ਸੰਸਾਰ ਨੂੰ ਪੇਸ਼ ਕਰਨਾ ਸੀ, ਜੋ ਗੁਰੂ ਦਾ ਬਚਨ ਸੱਤ ਸੱਤ ਕਰਕੇ ਮੰਨੇ, ਜਿਸ ਦੀਆਂ ਮੇਰਾਂ ਭਾਈ ਲੈਣਾ ਜੀ ਨੂੰ ਪ੍ਰਾਪਤ ਹੋਈਆਂ। ਗੁਰੂ ਸੇਵਾ ਦੌਰਾਨ ਸਿੱਖੀ ਦੀ ਕਸਵੱਟੀ ਦੀਆਂ ਅਨੇਕਾਂ ਹੀ ਪ੍ਰੀਖਿਆਵਾਂ ਹੋਈਆਂ, ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਗੁਰੂ ਪਿਤਾ ਦੇ ਬਚਨ ਨਹੀਂ ਮੰਨ ਸਕੇ, ਪਰ ਭਾਈ ਲੈਣਾ ਜੀ ਨੇ ਹੱਥ ਜੋੜ ਕੇ ਗੁਰੂ ਜੀ ਦਾ ਹੁਕਮ ਸੱਤ ਸੱਤ ਕਰਕੇ ਮੰਨਿਆ, ਗੁਰੂ ਸਾਹਿਬ ਜੀ ਦੀ ਖੁਸ਼ੀ ਲਈ ਅਤੇ ਕਸਵੱਟੀ ਉੱਪਰ ਖਰੇ ਉਤਰੇ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੀਆਂ ਕਿਹੜੀਆਂ ਕਿਹੜੀਆਂ ਪ੍ਰੀਖਿਆਵਾਂ ਲਈਆਂ, ਆਓ ਜਾਣਦੇ ਹਾਂ ਇਸ ਵੀਡੀਓ ਰਾਹੀਂ। ਝੋਨੇ ਦੇ ਖੇਤਾਂ ਵਿੱਚੋਂ ਚਿੱਕੜ ਨਾਲ ਲਿਬੜੇ ਹੋਏ ਘਾਹ ਦੀ ਪੰਡ ਸਿਰ 'ਤੇ ਚੁੱਕੀ, ਜਿਸ ਨਾਲ ਰੇਸ਼ਮੀ ਕੱਪੜੇ ਖਰਾਬ ਹੋ ਗਏ। ਗੰਦੇ ਪਾਣੀ ਦੇ ਟੋਏ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਕਹਿਣ 'ਤੇ ਗੁਰੂ ਜੀ ਦਾ ਬਰਤਨ ਕੱਢਿਆ। ਅੱਧੀ ਰਾਤ ਨੂੰ ਹੁਕਮ ਮੰਨ ਕੇ ਗੁਰੂ ਜੀ ਦੇ ਕੱਪੜੇ ਧੋ ਦਿੱਤੇ। ਅੱਧੀ ਰਾਤ ਨੂੰ ਵਰਦੇ ਮੀਂਹ ਵਿੱਚ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨ ਕੇ ਘਰ ਦੀ ਕੰਧ ਦੀ ਕਈ ਵਾਰ ਉਸਾਰੀ ਕੀਤੀ। ਅੰਮ੍ਰਿਤ ਵੇਲੇ ਦਰਿਆ ਕੰਢੇ ਗੁਰੂ ਜੀ ਦੇ ਇਸ਼ਨਾਨ ਸਮੇਂ ਭਾਰੀ ਝੱਖੜ, ਮੀਂਹ ਅਤੇ ਗੜਿਆਂ ਵਿੱਚੋਂ ਗੁਰੂ ਸਾਹਿਬ ਜੀ ਦੇ ਕੱਪੜੇ ਸੰਭਾਲੇ। ਭਾਰੀ ਬਾਰਿਸ਼ ਵਿੱਚ ਲੰਗਰ ਦੀ ਸਮੱਗਰੀ ਖਤਮ ਹੋਣ 'ਤੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਕਿੱਕਰ ਉੱਤੇ ਚੜ੍ਹ ਕੇ ਹਲੂਣੇ ਦਿੱਤੇ, ਸੰਗਤਾਂ ਲਈ ਖਾਣ ਦੇ ਪਦਾਰਥ ਗਿਰੇ। ਕੱਟੀ ਹੋਈ ਫਸਲ ਨੂੰ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਅੱਗ ਲਾਉਣ ਲਈ ਅੱਗੇ ਵਧੇ। ਮੁੱਠੀ ਵਿੱਚੋਂ ਟਕਾ ਰੱਖ ਕੇ ਗੁਰੂ ਸਾਹਿਬ ਦੇ ਪੁੱਛਣ 'ਤੇ ਕਿ ਮੁੱਠੀ ਵਿੱਚ ਕੀ ਹੈ, ਭਾਈ ਲੈਣਾ ਜੀ ਨੇ ਉੱਤਰ ਦਿੱਤਾ ਕਿ ਮਹਾਰਾਜ, ਮੇਰੀ ਤੁੱਛ ਬੁੱਧੀ ਅਨੁਸਾਰ ਆਪ ਜੀ ਦੀ ਮੁੱਠੀ ਅੰਦਰ ਸਾਰਾ ਬ੍ਰਹਿਮੰਡ ਤਾਂ ਹੈ ਹੀ, ਪਰ ਉਸ ਤੋਂ ਵੀ ਹੋਰ ਜ਼ਿਆਦਾ ਹੈ ਜੋ ਮੇਰੀ ਸਮਝ ਤੋਂ ਪਰੇ ਹੈ। ਅੱਧੀ ਰਾਤ ਨੂੰ ਗੁਰੂ ਸਾਹਿਬ ਵੱਲੋਂ ਸਮੇਂ ਬਾਰੇ ਪੁੱਛਣ 'ਤੇ ਭਾਈ ਲੈਣਾ ਜੀ ਨੇ ਉੱਤਰ ਦਿੱਤਾ ਕਿ ਹਜ਼ੂਰ, ਆਪ ਜੀ ਤਾਂ ਸਾਰੀ ਸ੍ਰਿਸ਼ਟੀ ਦੇ ਕਰਤਾ ਹੋ, ਸਮਾਂ ਬਣਾਉਣ ਵਾਲੇ ਹੋ, ਰਾਤ ਦਿਨ ਬਣਾਉਣ ਵਾਲੇ ਹੋ। ਜਿੰਨੀ ਰਾਤ ਆਪ ਜੀ ਨੇ ਬਿਤਾ ਦਿੱਤੀ ਬੀਤ ਗਈ ਅਤੇ ਜਿੰਨੀ ਛੱਡ ਦਿੱਤੀ ਉਹ ਰਹਿ ਗਈ। ਧਾਰਨਕ ਰੂਪ ਵਿੱਚ ਗੁਰੂ ਸਾਹਿਬ ਨੇ ਭਾਈ ਲੈਣਾ ਜੀ ਨੂੰ ਸੋਟਾ ਮਾਰ ਕੇ ਆਖਿਆ ਕਿ ਇੱਥੋਂ ਨੱਠ ਜਾ। ਭਾਈ ਲੈਣਾ ਜੀ ਚਲੇ ਤਾਂ ਗਏ ਪਰ ਫਿਰ ਵਾਪਸ ਆ ਗਏ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਕਿਉਂ ਆਇਆ? ਤਾਂ ਲੈਣਾ ਜੀ ਨੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ, ਮੇਰਾ ਕੋਈ ਘਰ ਟਿਕਾਣਾ ਨਹੀਂ, ਆਪ ਜੀ ਦੇ ਚਰਨ ਹੀ ਮੇਰੇ ਲਈ ਸਭ ਕੁਝ ਹਨ। ਗੁਰੂ ਨਾਨਕ ਦੇਵ ਜੀ ਫਰਮਾਉਣ ਲੱਗੇ ਕਿ ਮੈਂ ਵੀ ਆਪਣਾ ਘਰ ਟਿਕਾਣਾ ਟੋਲ ਰਿਹਾ ਸੀ, ਜਿਸ ਵਿੱਚ ਮੈਂ ਆਪਣੀ ਜੋਤ ਟਿਕਾ ਸਕਾਂ।
ਮੈਨੂੰ ਹੁਣ ਉਹ ਟਿਕਾਣਾ ਮਿਲ ਗਿਆ ਹੈ। ਗੁਰੂ ਸਾਹਿਬ ਦੇ ਹੁਕਮ ਵਿੱਚ ਭਾਈ ਲਹਿਣਾ ਜੀ ਨੇ ਮੁਰਦਾ ਖਾਣ ਵਾਸਤੇ ਉਸ ਤੋਂ ਚਾਦਰ ਉਠਾਈ ਅਤੇ ਕੀ ਅਨੁਭਵ ਕਰਦੇ ਹਨ ਕਿ ਹਰ ਜਗ੍ਹਾ ਗੁਰੂ ਨਾਨਕ ਹੀ ਗੁਰੂ ਨਾਨਕ ਵਿਆਪਕ ਹੈ। ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ, ਨਾਨਕ ਨਾ ਮੜੀ ਨਾ ਗੌਰ, ਨਾਨਕ ਅੰਗਦ ਕਹੀਏ ਮੈਂ। ਸੋ ਇਹਨਾਂ ਪ੍ਰੀਖਿਆਵਾਂ ਦੁਆਰਾ ਭਾਈ ਲਹਿਣਾ ਜੀ ਨੇ ਹੁਕਮ ਮੰਨਣ ਅਤੇ ਸਤ ਬਚਨੀ ਹੋਣ ਦੀਆਂ ਸਿਖਰਾਂ ਛੋਹ ਲਈਆਂ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦਾ ਨਾਂ ਅੰਗਦ ਰੱਖ ਦਿੱਤਾ ਅਤੇ ਸੰਨ 1539 ਵਿੱਚ ਬਾਬਾ ਅੰਗਦ ਜੀ ਦੇ ਅੱਗੇ 5 ਪੈਸੇ ਅਤੇ ਨਾਰੀਅਲ ਰੱਖ 5 ਪਰਿਕਰਮਾ ਕਰਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ।